ਰੈਡੀ ਸਾਡੇ ਦੇਸ਼ ਵਿੱਚ ਰਿਸ਼ਵਤ ਕਈ ਤਰ੍ਹਾਂ ਦੀ ਹੈ ਪਰ ਪ੍ਰਮੁੱਖ ਤੌਰ ਉੱਤੇ ਰਿਸ਼ਵਤ ਸਰਕਾਰੀ ਮੁਲਾਜ਼ਮਾਂ ਵਿੱਚ ਅਤੇ ਰਾਜਸੀ ਲੀਡਰਾਂ ਵਿੱਚ ਪਾਈ ਜਾਂਦੀ ਹੈ ਡੰਡੀ ਸਰਕਾਰੀ ਮੁਲਾਜ਼ਮ ਰਿਸ਼ਵਤ ਲੈਂਦੇ ਪਾਕੜੇ ਵੀ ਜਾਂਦੇ ਹਨ ਤੇ ਕਈ ਵਾਰ ਸਜ਼ਾਵਾ ਵੀ ਪਾਉਂਦੇ ਹਨ ਡੰਡੀ ਪਰ ਰਾਜਸੀ ਲੀਡਰਾਂ ਪਾਕੜੇ ਨਹੀਂ ਜਾਂਦੇ ਡੰਡੇ ਜੇਕਰ ਕੋਈ ਅਖਬਾਰ ਵਾਲਾ ਉਹਨਾਂ ਦੀ ਲਈ ਰਿਸ਼ਵਤ ਬਾਰੇ ਕੋਈ ਤੱਥ ਅਖਬਾਰਾਂ ਰਾਹੀਂ ਲੋਕਾਂ ਦੀ ਨਜ਼ਰ ਕਰ ਵੀ ਦਿਂਦਾ ਹੈ ਤਾਂ ਵੀ ਇਹ ਰਾਜਸੀ ਲੀਡਰਾਂ ਵਿਰੁੱਧ ਮੁਕੱਦਮਾ ਨਹੀਂ ਚੱਲਦਾ ਅਤੇ ਨਾ ਹੀ ਇਹਨਾਂ ਰਾਜਿਆਂ ਨੂੰ ਕੋਈ ਸਜ਼ਾ ਹੀ ਦਿੱਤੀ ਜਾਂਦੀ ਹੈ ਡੰਡੀ ਲੋਕੀ ਬਹੁਤ ਰੌਲਾ ਰੱਪਾ ਪਾ ਬੈਠਣ ਤਾਂ ਰਾਸੀ ਲਿਡਰਾ ਵਿਰੁੱਧ ਪੜਤਾਲ ਕਰਨ ਲਈ ਕਿਸੇ ਕਮਿਸ਼ਨ ਦੀ ਸਥਾਪਨਾ ਕਰ ਦਿੱਤੀ ਜਾਂਦੀ ਹੈ ਅਤੇ ਫਿਰ بار بار ਉਸ ਦਾ ਅੰਤਿਮ ਸਮਾਂ ਵਧਾਇਆ ਜਾਂਦਾ ਹੈ ਡੰਡੀ ਇਹ ਸਮਾਂ ਉਦੋਂ ਤੱਕ ਬੱਦਦਾ ਰਹਿੰਦਾ ਹੈ ਜਦੋਂ ਤੱਕ ਲੋਕਾਂ ਦੀ ਯਾਦ ਸ਼ਕਤੀ ਮੁੱਕ ਨਹੀਂ ਜਾਂਦੀ ਜਾਂ ਗਵਾਹੀਆਂ ਭੁੱਲ ਭੁਲਾ ਹੀ ਨਹੀਂ ਜਾਂਦੀਆਂ ਡੰਡੀ ਰਿਪੋਰਟ ਰਾਜਸੀ ਲੀਡਰਾਂ ਦੇ ਹੱਕ ਵਿੱਚ ਆ ਜਾਵੇ ਤਾਂ ਮਾਮਲਾ ਆਪਣੇ ਆਪ ਹੀ ਠੱਪ ਹੋ ਜਾਂਦਾ ਹੈ ਡੰਡੀ ਜੇਕਰ ਰਿਪੋਰਟ ਵਿਰੁੱਧ ਆਜ ਆਵੇ ਤਾਂ ਮਰਜ਼ੀ ਹੈ ਲੋਕਾਂ ਦੀ ਨਜ਼ਰ ਕਰ ਦਿੱਤੀ ਜਾਵੇ ਤੇ ਮਰਜ਼ੀ ਹੈ ਲੋਕ ਹਿੱਤ ਵਿੱਚ ਉਸ ਨੂੰ ਨਾਸ਼ਰ ਹੀ ਨਾ ਕੀਤਾ ਜਾਵੇ ਡੰਡੀ ਇਹ ਸਿਲਸਿਲਾ ਅਸੀਂ ਭਾਰਤੀਆਂ ਨੇ ਅਪਣਾ ਲਿਆ ਹੈ ਅਤੇ ਅੱਜ ਤੱਕ ਇਸ ਉੱਤੇ ਕਿੰਤੂ ਨਹੀਂ ਕੀਤਾ ਗਿਆ ਡੰਡੀ ਕਿੰਤੂ ਕਿਤਾਬੀ ਕਿਵੇਂ ਜਾਂਦਾ ਰੈਡੀ ਭਾਰਤ ਵਿੱਚ ਰਾਸੀ ਲੋਕ ਰਾਜ ਕਰਦੇ ਹਨ ਅਤੇ ਅੱਜ ਰਾਸੀ ਲੋਕਾਂ ਨੇ ਆਪਣੇ ਆਪ ਨੂੰ ਇੱਕ ਵੱਖਰੀ ਜਮਾਤ ਦੇ ਰੂਪ ਵਿੱਚ ਸਥਾਪਿਤ ਵੀ ਕਰ ਲਿਆ ਹੈ ਤੇ ਸੰਗਠਿਤ ਵੀ ਕਰ ਲਿਆ ਹੈ ਡੰਡੀ ਬਖਤ ਦੀ ਹਾਕਮ ਪਾਰਟੀ ਨੂੰ ਹਮੇਸ਼ਾ ਇਸ ਗੱਲ ਦਾ ਖਿਆਲ ਰਹਿੰਦਾ ਹੈ ਕਿ ਕੱਲ ਨੂੰ ਕਿਸੇ ਦੂਜੀ ਪਾਰਟੀ ਦਾ ਰਾਜ ਵੀ ਸਥਾਪਿਤ ਹੋ ਸਕਦਾ ਹੈ ਡੰਡੀ ਅੱਜ ਅਗਰ ਕਿਸੇ ਵਿਰੋਧੀ ਉੱਤੇ ਚਿੱਕੜ ਉਛਾਲਿਆ ਜਾਂਦਾ ਹੈ ਕੱਲ ਸਾਡੇ ਉੱਤੇ ਵੀ ਚਿੱਕੜ ਉਸ਼ਾਲਿਆ ਜਾਵੇਗਾ ਡੰਡੀ ਇਹੀ ਕਾਰਨ ਹੈ ਕਿ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਹੁੰਦੀ ਡੰਡੀ ਰਿਸ਼ਵਤ ਭਾਰਤ ਵਿੱਚ ਪ੍ਰਧਾਨ ਹੈ ਅਤੇ ਪੈਸਾ ਕਮਾਉਣ ਦਾ ਇਹ ਬਹੁਤ ਹੀ ਵਧੀਆ ਅਤੇ ਸੌਖਾ ਤਰੀਕਾ ਹੈ ਡੰਡੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਈਮਾਨਦਾਰੀ ਨਾਲ ਲੋਕ ਸੇਵਾ ਵਿੱਚ ਜਿਹੜਾ ਵੀ ਜੁਟਿਆ ਹੋਇਆ ਹੈ ਉਹ ਮਸਾਂ ਦੋ ਬੇਲਿਆਂ ਦੀ ਰੋਟੀ ਹੀ ਪੂਰੀ ਕਰ ਸਕਦਾ ਹੈ ਡੰਡੀ ਆਪਣੇ ਅਹੁਦੇ ਮੁਤਾਬਕ ਅਤੇ ਆਸ-ਪਾਸੇ ਦੀ ਹਵਾ ਮੁਤਾਬਕ ਜਿਸ ਕਿਸੇ ਨੇ ਜਿਉਣਾ ਹੈ ਉਸ ਨੂੰ ਆਪਣੀ ਸਥਾਪਿਤ ਆਮਦਨ ਤੋਂ ਇਲਾਵਾ ਵੀ ਚਾਰ ਛਿੱਲੜਾ ਦਾ ਪ੍ਰਬੰਧ ਕਰਨਾ ਪੈਂਦਾ ਹੈ ਅਤੇ ਇੱਥੋਂ ਹੀ ਰਿਸ਼ਵਤ ਨੇ ਜਨਮ ਲਿਆ ਹੈ ਦੰਦੀ ਅਸੀਂ ਦੇਖਦੇ ਹਾਂ ਕਿ ਅੱਜ ਵੋਟਾਂ ਵਿੱਚ ਖਲੋਣਾ ਤੇ ਫਿਰ ਵੋਟਾਂ ਵਿੱਚ ਜਿੱਤਣਾ ਇੱਕ ਕਲਾ ਤਾਂ ਹੈ ਹੀ ਇਸ ਦੇ ਨਾਲ ਨਾਲ ਇੱਕ ਵੱਡੀ ਰਕਮ ਖਰਚਣੀ ਖਰਚ ਕਰਨੀ ਪੈਂਦੀ ਹੈ ਡੰਡੀ ਜੋ ਬੱਸਾਂ ਗੱਡੀਆਂ ਰਿਕਸ਼ੇ ਦੁਆਰਾ ਮਸ਼ਹੂਰੀਆਂ ਰਾਹੀਂ ਪ੍ਰਚਾਰ ਕੀਤਾ ਜਾਂਦਾ ਹੈ ਇਸ ਸਾਰੇ ਕਿਸੇ ਉੱਤੇ ਵੱਡੀਆਂ ਰਕਮਾਂ ਖਰਚ ਕੀਤੀਆਂ ਜਾਂਦੀਆਂ ਹਨ ਡੰਡੀ